ਦੋਸਤੋ ਅੱਜ ਇੱਕ ਫਗਾਨੀ ਭਰਾ ਸੀ ਉਹਨੇ ਵੀਡੀਓ ਬਣਾਈ ਬਾਜਵਾ ਸਾਹਿਬ ਨੂੰ ਗਾਲਾਂ ਕੱਢ ਰਿਹਾ ਸੀ ਫਰਾਂਸ ਦੇ ਵਿੱਚ ਗੱਲਾਂ ਕਰ ਰਿਹਾ ਸੀ ਪ੍ਰੋਬਲਮ ਹੁਣ ਇਹ ਖੜੀ ਹੋ ਗਈ ਹੈ ਕਿ ਅਫਸੋਸ ਹੋਇਆ ਬਾਜਵਾ ਸਾਹਿਬ ਨੂੰ ਗਾਲਾਂ ਕੱਢਦਾ ਪਿਆ ਸੀ ਯਮੀਆਂ ਸਾਹਿਬ ਨੂੰ ਲੋਕੀ ਨੈਟ ਤੇ ਗਾਲਾਂ ਕੱਢਦੇ ਨੇ ਜਾਂ ইমরান ਖਾਨ ਸਾਹਿਬ ਨੂੰ ਜਾਂ ਦੂਜਿਆਂ ਤਰੀਜਿਆਂ ਨੂੰ ਗਾਲਾਂ ਕੱਢਦੇ ਨੇ ਅਫਸੋਸ ਹੁੰਦਾ ਲੇਕਿਨ ਉਹਨ ਸੋਸ਼ਲ ਮੀਡੀਆ ਦਾ ਦੌਰ ਹੈ ਜਿਹੜਾ ਜਿਹੜਾ ਗਾਜਰਾ ਖਾਏਗਾ ਉਹਦੇ ਢਿੱਡ ਚ ਪੀੜ ਤੇ ਹੋਵੇਗੀ ਹਾਂਜੀ ਜਿਹੜਾ ਜਿਹੜਾ ਬੰਦਾ ਗਾਜਰਾ ਖਾਏਗਾ ਉਹਦੇ ਢਿੱਡ ਚ ਪੀੜ ਤੇ ਹੋਵੇਗੀ ਸਾਡੇ ਆਉਣ ਵਾਲੇ ਜਿਹੜੇ ਬੰਦੇ ਨੇ ਜਿਹੜੇ ਜਿਹੜੇ ਵੀ ਪਾਕਿਸਤਾਨ ਦੇ ਵਿੱਚ ਮੋਤਬਰ ਬੰਦੇ ਨੇ ਉਹ ਇਹ ਗੱਲ ਵੇਖਣ ਕਿ ਇੱਜ਼ਤ ਚੰਗੀ ਏ ਜਾਂ ਬੇਇੱਜ਼ਤੀ ਚੰਗੀ ਏ ਇਸ ਗੱਲੇ ਗਾਜਰਾ ਤੂੰ ਗਰੇਜ਼ ਕਰਨ ਤੇ ਲਿਹਾਜ਼ਾ ਗਾਜਰਾ ਨਾ ਖਾਣ ਮੈਂ ਤੇ ਇਲਤਜਾਈ ਕਰ ਸਕਣਾ ਸਾਰਿਆਂ ਅੱਗੇ ਕਿਉਂਕਿ ਮੇਰੇ ਤੋਂ ਸਾਰੇ ਮੋਤਬਰ ਨੇ ਵੱਡੇ ਨੇ ਤੇ ਇਸ ਗੱਲੇ ਇਲਤਜਾਈ ਬਣਦੀ ਏ ਤੇ ਗਾਜਰਾ ਨਾ ਖਾਓ ਗਾਜਰਾਂ ਦੇ ਵਿੱਚ ਸਾਰਿਆਂ ਵਾਂਗ ਤੇ ਵੇ ਨਹੀਂ ਕਿ ਇੱਕ ਅੱਦੇ ਬੰਦੇ ਵਾਂਗ ਸਾਰਿਆਂ ਵਾਂਗ ਜਿੰਨੇ ਵੀ ਨੇ ਸਾਰਿਆਂ ਨੂੰ ਇਲਤਜਾ ਹੈ ਕਿ ਗਾਜਰਾ ਨਾ ਖਾਓ ਆ ਦੇਖੋ ਨਾ ਉਹਨੇ ਐਡਾ ਵੱਡਾ ਬੰਦਾ ਬਾਜੂਆ ਸਭ ਕੁਛ ਛੋਟੇ ਬੰਦੇ ਨੇ بڑے ਵੱਡੇ ਬੰਦੇ ਨੇ ਮਾਸ਼ਾਅੱਲਾ ਅੱਲਾ ਪਾਕ ਉਹਨਾਂ ਨੂੰ ਸ਼ੈਤਾਨ ਦਰੁਸਤੀ ਦੇ ਲੇਕਿਨ ਫੁਗਾਨੀ ਭਰਾ ਉਹਨਾਂ ਨੂੰ ਫਰਾਂਸ ਦੇ ਵਿੱਚ ਗਾਲਾਂ ਕੱਢ ਰਿਆ ਸੀ ਇੱਕ ਬੂਹੇ ਦੇ ਥੜੇ ਤੇ ਬੈਠੇ ਸਨ ਹੂੰ ਤੇ ਅਫਸੋਸ ਹੀ ਆ ਮੈਨੂੰ ਬਾਰੇ ਗਾਜਰਾ ਤੂੰ ਗਰੇਜ਼ ਕਰਨਾ ਚਾਹੀਦਾ